वैसे एक गल है, तुमने कान खोल के सुन लो, जिन्ना चिर मेरा ब्याह नहीं हुंदा आपा दारू दी सौ पा देनी है, भी आपा कोई नागा नहीं पहन देना मेरे ब्याह ताई। ਨਾਗਾ ਦੇ ਸਹੁਰੇ ਜੀ ਕਦੀ ਕਿਸੇ ਦੇ ਮਰੇ ਦੇ ਨੀ ਪੈਣ ਦਿੱਤਾ, ਹੁਣ ਤਾਂ ਤੇਰੇ ਵਿਆਹ ਦਾ ਮਾਮਲਾ। ਉਹ ਪਤਾ ਕੀ ਚੱਕਰ ਹੈ, ਤੁਹਾਡੀ ਭਾਬੀ ਗਗਨ ਨੂੰ ਆਹ ਦਾਰੂ ਬੜਾ ਪਸੰਦ ਰਹੇਗਾ, ਹੋ ਸਕਦਾ ਉਦੋਂ ਬਾਅਦ ਆਪਾਂ ਸਾਰਿਆਂ ਨੂੰ ਬੰਦ ਕਰਨੀ ਪੈ ਜਾਏ ਦਾਰੂ, ਉਦੋਂ ਤੱਕ ਕੰਮ ਖਿੱਚ ਕੇ ਰੱਖੋ ਬਸ ਦਾਰੂ ਵਾਲਾ। ਆਪਾਂ ਦਾ ਭਰਾਵੋ ਬੋਟੀਏ ਖਾਣ ਪੀਣ ਵਾਲੀ ਲੈ ਕੇ ਆਉਣੀ ਹੈ, ਜਿਹੜੀ ਸ਼ਾਮ ਨੂੰ ਆਪਣੇ ਪੱਲਿਓ ਬੋਤਲ ਪਕਾਈ ਰੱਖੇ। ਲਈ ਵੈਸੇ ਆਪਣੀ ਕੋਈ ਸ਼ਰਤ ਨਹੀਂ ਹੈ, ਅਸੀਂ ਤਾਂ ਘਰ ਹੀ ਵਸਾਉਣਾ। ਮੈਨੂੰ ਤਾਂ ਭਾਵੇਂ ਕੋਈ ਬੁਢਾਪਾ ਪੈਨਸ਼ਨ ਲੈਂਦੀ ਬੁੜੀ ਮਿਲ ਜੇ, ਆਪਾਂ ਵਿਆਹ ਲੈਣੀ ਹੈ। ਪਰ ਇੱਕ ਗੱਲ ਸੁਣੋ ਦੋਨੇ ਜਾਣੇ, ਜੇ ਤੁਹਾਡਾ ਵਿਆਹ ਹੁੰਦਾ 50-70 ਸਾਲਾਂ 'ਚ ਕਰਾ ਲਓ, ਨਹੀਂ ਤਾਂ ਘਰਦਿਆਂ ਨੇ ਕਿਰਪਾਨ ਦੀ ਤਾਵੇਂ ਪਤੰਦਰੋਂ ਤੁਹਾਨੂੰ ਖੁੰਡੀ ਫੜਾ ਦੇਣੀ। ਸਾਰਾ ਹੋਇਆ ਖੁੰਡੀ ਦਾ, ਤੁਸੀਂ ਫੜਾ ਜਾ ਖੁੰਡੀ ਹੋਏ। ਤੂੰ ਸੌਂ ਕਿਉਂ ਗਿਆ, ਮੈਂ ਤਾਂ ਤੇਰੇ ਵਿਆਹ ਦੀ ਖੁਸ਼ੀ 'ਚ ਬੋਲੀਆਂ ਪਾਉਣੀਆਂ ਸੀ। ਚਲੋ ਜੀ, ਇਹਨਾਂ ਦੀ ਵੀ ਹੋ ਗਈ ਸਮਾਪਤੀ, ਫਿਰ ਹੁਣ ਭੌਰ ਇਕੱਲੇ ਕੀ ਕਰਦੇ ਆ, ਆਪਾਂ ਵੀ ਦੁਕਾਨਦਾਰੀ ਵਧਾ ਦਿੰਦੇ ਹਾਂ ਫਿਰ।